ਪਿੰਡ ਕਰਹਾ ਰਾਮ ਸਿੰਘ ਦੇ ਜੰਪਾਲ ਐਨ ਆਰ ਆਈ ਵੀਰ ਪ੍ਰਸਿੱਧ ਲੇਖਕ ਗੁਰਚਰਨ ਸਿੰਘ ਸੱਗੂ ਤੇ ਪਤਨੀ ਮਨਜੀਤ ਕੌਰ ਇੰਗਲੈਂਡ ਨਿਵਾਸੀ ਅਤੇ ਪਰਿਵਾਰਕ ਮੈਂਬਰ ਪ੍ਰਿਤਪਾਲ ਸਿੰਘ ਸੱਗੂ, ਅਪਿੰਦਰ ਕੌਰ ਸੱਗੂ, ਸੀਮਾ ਕੌਰ ਸੱਗੂ, ਸਬੀਨਾ ਕੌਰ ਸੱਗੂ ਵੱਲੋਂ ਪਿੰਡ ਦੇ ਸਰਪੰਚ ਆਗੂ ਅਵਤਾਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਆਪਣੀ ਮਾਤਾ ਦੀ ਯਾਦ ਵਿੱਚ ਮਾਤਾ ਕਰਤਾਰ ਕੌਰ ਯਾਦਗਾਰੀ ਲਾਇਬ੍ਰੇਰੀ ਸਥਾਪਿਤ ਕੀਤੀ ਗਈ, ਜਿਸ ਦਾ ਆਗਾਜ਼ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾ ਕੇ ਕੀਤਾ ਗਿਆ। ਉਪਰੰਤ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੇਖਕ ਗੁਰਚਰਨ ਸਿੰਘ ਸੱਗੂ ਨੂੰ ਲਾਇਬ੍ਰੇਰੀ ਸਥਾਪਿਤ ਕਰਨ 'ਤੇ ਵਧਾਈਆਂ ਦਿੱਤੀਆਂ। ਸੱਗੂ ਪਰਿਵਾਰ ਅਤੇ ਮੋਹਤਵਾਰ ਸੱਜਣਾਂ ਨੇ ਸੰਤ ਬਾਬਾ ਬਲਵੀਰ ਸਿੰਘ ਲੋਈ ਅਤੇ ਸਨਮਾਨ ਚਿੰਨ ਭੇਟ ਕਰਕੇ ਮਾਣ ਸਤਿਕਾਰ ਕੀਤਾ ਗਿਆ। ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਨ ਕੀਤਾ ਅਤੇ ਗੀਤਾਂ ਅਤੇ ਹੋਰ ਦਿਲਕਸ਼ ਪੇਸ਼ਕਾਰੀਆਂ ਕੀਤੀਆਂ ਗਈਆਂ। ਦੂਰ ਦੁਰਾਡੇ ਤੋਂ ਆਏ ਹੋਏ ਲੇਖਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਗੁਰੂ ਕਾ ਲੰਗਰ ਤੁੱਟ ਵਰਤਾਇਆ ਗਿਆ। ਇਸ ਮੌਕੇ ਸਰਪੰਚ ਭਜਨ ਕੌਰ, ਪ੍ਰਦੀਪ ਕੌਰ ਪੰਚ, ਪਰਮਜੀਤ ਸਿੰਘ ਪੰਚ, ਰੂੜ ਸਿੰਘ ਪੰਚ, ਰੁਪਿੰਦਰ ਕੌਰ ਪੰਚ, ਜਸਵਿੰਦਰ ਕੌਰ ਪੰਚ, ਜਗਤਾਰ ਸਿੰਘ ਨੰਬਰਦਾਰ, ਬਲਦੇਵ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਅੱਜ ਦੀ ਵਾਲੀ ਲੋਹੀਆਂ ਤੋਂ ਸਵਰਨ ਸਿੰਘ ਚੰਦੀ ਦੀ ਰਿਪੋਰਟ। ਹਾਂਜੀ, ਮੇਰਾ ਨਾਂ ਗੁਰਚਰਨ ਸਿੰਘ ਸੱਗੂ ਹੈ। ਮੈਂ ਲੰਡਨ ਤੋਂ ਆਇਆ, ਯੂਕੇ 'ਚ ਰਹਿੰਦਾ, ਪਰ ਇਹ ਮੇਰਾ ਜਿਹੜਾ ਹੈਗਾ ਜੱਦੀ ਪਿੰਡ ਆ ਕਰਾ ਸਾਬੂਵਾਲ, ਇੱਥੇ ਦੀ ਮਿੱਟੀ ਦੇ ਵਿੱਚ ਮੈਂ ਜਨਮ ਲਿਆ, ਇੱਥੇ ਦੀ ਮਿੱਟੀ ਦੇ ਵਿੱਚ ਮੈਂ ਪੜ੍ਹਿਆ ਹੈ ਪਹਿਲੀ ਤੋਂ ਪੰਜਵਾਂ ਤੱਕ, ਪਰ ਇਸ ਪਿੰਡ ਨੂੰ ਛੱਡਿਆ ਮੈਨੂੰ 60 ਸਾਲ ਤੋਂ ਉੱਪਰ ਹੋ ਗਏ ਨੇ। ਲੇਕਿਨ ਕੁਦਰਤ ਦਾ ਕੁਛ ਹੈ ਐਸਾ ਵਰਦਾਨ ਹੋਇਆ ਕਿ 60 ਸਾਲ ਬਾਅਦ ਜਿਹੜਾ ਮੈਂ ਪਿੰਡ ਦੇ ਨਾਲ ਫਿਰ ਜੁੜਿਆ। ਔਰ ਮੈਨੂੰ ਇਹ ਮਨ ਦੇ ਵਿੱਚ ਆਈ ਕਿ ਅੱਜ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਸੋਸ਼ਲ ਮੀਡੀਆ ਦਾ, ਅੱਜ ਅਸੀਂ ਕਿਤਾਬਾਂ ਤੋਂ ਦੂਰ ਜਾ ਰਹੇ ਹਾਂ, ਬੱਚੇ ਦੂਰ ਜਾ ਰਹੇ ਆ, ਬੱਚੇ ਨਸ਼ਿਆਂ ਦੇ ਵਿੱਚ ਹੋਰ ਪਾਸੇ ਰੁਝਾਨ ਹੋ ਰਿਹਾ। ਮੇਰੀ ਇਹ ਨਿਮਾਣੀ ਜੀ ਕੋਸ਼ਿਸ਼ ਹੈ ਕਿ ਮੈਂ ਪਿੰਡ ਦੇ ਬੱਚਿਆਂ ਨੂੰ ਪਹਿਲਾਂ ਕਿਤਾਬਾਂ ਦੇ ਨਾਲ ਜੋੜਾਂ, ਔਰ ਇਸ ਤੋਂ ਬਾਅਦ ਉਹਨਾਂ ਨੂੰ ਅਸੀਂ ਫਰੀ ਐਜੂਕੇਸ਼ਨ ਦੇਈਏ, ਜੇ ਗਰੀਬ ਬੱਚਿਆਂ ਨੂੰ ਜੋ ਲੋੜੀਂਦੀ ਚੀਜ਼ ਹੈਗੀ ਅਸੀਂ ਉਹ ਕਰੀਏ, ਮੈਡੀਕਲ ਹੋਰ ਸਾਰਾ ਜੋ ਹੈ, ਪਰ ਸਾਹਿਤ ਦੇ ਨਾਲ ਜੋੜੀਏ, ਗੁਰਬਾਣੀ ਦੇ ਨਾਲ ਜੋੜੀਏ, ਆਪਣੇ ਵਿਰਸੇ ਦੇ ਨਾਲ ਜੋੜੀਏ। ਇਹ ਹੈ ਮੇਰਾ ਇੱਕ ਮਿਸ਼ਨ ਲੈ ਕੇ ਮੈਂ ਇੱਥੇ ਆਇਆ ਇਸ ਪੁਰਾਣੇ ਪਿੰਡ 'ਚ 60 ਸਾਲ ਬਾਅਦ। ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਜਿਹੜੀ ਪਿੰਡ ਦੀ ਪੰਚਾਇਤ ਨੇ, ਪਿੰਡ ਦੀ ਅਸੀਂ ਕਮੇਟੀ ਨੇ ਮੇਰੀ ਬਹੁਤ ਮਦਦ ਕੀਤੀ ਆ, ਔਰ ਉਮੀਦ ਕਰਦਾ ਕਿ ਅੱਗੇ ਤੋਂ ਵੀ ਇਹ ਮੇਰੇ ਜਿਹੜਾ ਹੈਗਾ ਇੱਕ ਪਰਿਵਾਰ ਸਾਡਾ ਬਣ ਗਿਆ, ਇਹ ਸਕੂਲ ਦੇ ਬੱਚੇ ਸਾਡਾ ਪਰਿਵਾਰ ਬਣ ਗਿਆ, ਇਹ ਸਾਡੇ ਆਪਣੇ ਬੱਚੇ ਆ, ਅਸੀਂ ਇਹਨਾਂ ਨੂੰ ਸਾਹਿਤ ਨਾਲ ਜੋੜੀਏ, ਕਿਤਾਬਾਂ ਦੇ ਨਾਲ ਜੋੜੀਏ, ਮੇਰਾ ਇਹ ਮਿਸ਼ਨ ਹੈ। ਤਾਂ ਤੁਹਾਡੇ ਸਾਰਿਆਂ ਦਾ ਸਾਥ ਜਿਹੜਾ ਹੈਗਾ ਉਹ ਮੇਰੇ ਲਈ ਬਹੁਤ ਵਡਮੁੱਲਾ ਹੋਏਗਾ ਜੇ ਤੁਸੀਂ ਮੇਰਾ ਇਹ ਸਾਥ ਦਿੰਦੇ ਰਹੇ। ਥੈਂਕ ਯੂ। ਪਹਿਲਾਂ ਰਹੀ ਧੰਨਵਾਦ ਦੇ ਸਰਦਾਰ ਗੁਰਚਰਨ ਸਿੰਘ ਸੱਗੂ ਹੁਣਾਂ ਦਾ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ 60 ਸਾਲ ਪਰਤੇ, 60 ਸਾਲ ਬਾਅਦ ਆਪਣੇ ਧਰਤੀ ਨਾਲ ਜੁੜੇ, ਆਪਣੇ ਪਿੰਡ ਨਾਲ। ਉਹਨਾਂ ਨੇ ਲਾਇਬ੍ਰੇਰੀ ਖੋਲ੍ਹਣ ਵਾਸਤੇ ਸਾਡਾ ਪੰਚਾਇਤ ਦਾ, ਸਾਡੇ ਨਗਰ ਵਾਸੀਆਂ ਸਹਿਯੋਗ ਮੰਗਿਆ, ਜਿਸ ਵਿੱਚ ਉਹਨਾਂ ਨੇ ਪੂਰਾ ਸਹਿਯੋਗ ਵੱਧ ਚੜ੍ਹ ਕੇ ਦਿੱਤਾ, ਅਤੇ ਇਸ ਕਰਕੇ ਲਾਇਬ੍ਰੇਰੀ ਖੋਲ੍ਹੀ ਗਈ ਇੱਥੇ ਖੋਲ੍ਹ ਕੇ, ਅਤੇ ਬੱਚਿਆਂ ਦੇ ਜੋ ਬੱਚੇ ਪੜ੍ਹਾਈ ਨਾਲ ਜੁੜ ਸਕਣ, ਸਿੱਖਿਆ ਲੈ ਸਕਣ ਅਤੇ ਨਸ਼ਿਆਂ ਤੋਂ ਮੁਕਤ ਹੋ ਸਕਣ।